ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਨਾਲ ਅਮਨਦੀਪ ਸਿੰਘ ਲਾਈਨ ਤੇ ਜੁੜੇ ਹੋਏ ਹੈ ਫਰੋਮ ਪੰਜਾਬ। ਤੇ ਉਹਨਾਂ ਦਾ ਇੱਕ ਫੈਮਿਲੀ ਸਪਾਂਸਰਸ਼ਿਪ ਐਪਲੀਕੇਸ਼ਨ ਥਰੂ ਵਾਈਫ ਕੀਤਾ ਸੀ ਪਿਛਲੇ ਸਾਲ। 1 ਸਾਲ ਹੋ ਗਿਆ ਪਿਛਲੇ ਸਾਲ ਮਾਰਚ, ਤੇ ਹੁਣ ਜਾ ਕੇ ਹੁਣ ਅਪ੍ਰੈਲ ਆ ਗਿਆ। ਪੂਰਾ ਪੂਰਾ 12 ਤੋਂ ਲੈ ਕੇ 13-14 ਮਹੀਨੇ ਲੱਗ ਗਏ ਪੂਰਾ। ਕਰੈਕਟ ਅਮਨਦੀਪ, ਇੰਨਾ ਹੀ ਟਾਈਮ ਲੱਗਿਆ? ਜੀ ਸਰ, ਕੰਪਲੀਟ ਮਤਲਬ 12 ਮਹੀਨੇ ਹੋ ਗਏ ਆ, ਇਹ 13ਵਾਂ ਮਹੀਨਾ ਆ ਸਰ, ਤੇ ਇਹਦੇ ਵਿੱਚ ਮਤਲਬ ਕੰਪਲੀਟ ਹੋ ਗਈ ਮੇਰੀ ਫਾਈਲ। ਜੀ, ਲੋਕਾਂ ਨੂੰ ਕਈ ਵਾਰ ਐਕਚੁਅਲੀ ਇਸ ਵਕਤ ਇੱਕ ਦੋ ਐਪਲੀਕੇਸ਼ਨਾਂ ਹੋਰ ਚੱਲ ਰਹੀ ਹੈ ਜਿਹੜੀ ਇਸ ਵਕਤ ਟਾਰਗੇਟ 'ਚ ਚੱਲ ਰਹੀ ਹੈ। ਲੋਕਾਂ ਨੂੰ ਇਹ ਹੁੰਦਾ ਕਿ ਵੀ ਮੇਰਾ ਕੇਸ ਕਿਉਂ ਨਹੀਂ ਹੋਏਗਾ, ਛੇਤੀ ਕਿਉਂ ਨਹੀਂ ਹੋ ਰਿਹਾ, ਜੀ ਮੈਂ ਇੰਨੀ ਦੇਰ ਤੋਂ ਵੇਟ ਕਰਦੇ ਹਾਂ। ਪਹਿਲੀ ਗੱਲ ਤਾਂ ਇਹ ਕਿ ਵੀ ਜਿਹੜਾ ਫੈਮਿਲੀ ਸਪੋਂਸਰਸ਼ਿਪ ਹੈ, ਸਕਰੀਨ ਤੇ ਨਜ਼ਰ ਆ ਰਿਹਾ, ਸ਼ਾਇਦ ਦੇਖ ਰਹੇ ਹੋ ਬੰਦੀ ਵਾਰ ਹੈ ਸਕਰੀਨ ਤੇ, ਕੈਨ ਯੂ ਸੀ ਜੀ ਸਰ ਜੀ, ਸਕਰੀਨ ਤੇ ਨਜ਼ਰ ਆ ਰਿਹਾ ਹੈ। ਐਕਚੁਅਲੀ ਇਹ ਟਾਰਗੇਟ ਹੁੰਦਾ ਹੈ ਹਰ ਇੱਕ ਕੈਟੇਗਰੀ ਦੇ। ਪਿਛਲੇ ਸਾਲ November 1 ਨੂੰ ਇਮੀਗ੍ਰੇਸ਼ਨ ਆਪਣੇ ਪਲਾਨ ਰਿਲੀਜ਼ ਕਰਦੀ ਹੈ। ਪਿਛਲੇ ਸਾਲ ਦਾ ਇਹ ਪਲਾਨ ਤੁਹਾਨੂੰ ਦਿਖਾ ਰਹੇ ਹਾਂ, ਇਹਦੇ ਵਿੱਚ ਕੋਟਾ ਲਿਖਿਆ ਹੋਇਆ ਹਰ ਇੱਕ ਕੈਟੇਗਰੀ ਦਾ। 2024, 2025, 3 ਸਾਲ ਦੀ ਪਲਾਨਿੰਗ ਕਰਕੇ ਸਰਕਾਰ ਨੇ ਦੱਸੀ ਹੈ ਕਿ ਆਪਾਂ ਕਿੰਨੇ ਇਮੀਗ੍ਰੈਂਟਸ ਲੈਣੇ ਆ। ਟੋਟਲ ਦੇਖੋ 5 ਲੱਖ ਇਮੀਗ੍ਰੈਂਟਸ ਲੈਣੇ ਆ ਬਾਈ 2026, ਤੇ ਇਹ ਹਮੇਸ਼ਾ ਹੌਲੀ ਹੌਲੀ ਇਨਕਰੀਜ਼ ਕਰ ਰਹੇ ਹੈ। ਪਿਛਲੇ ਆਈ ਰਿਮੈਂਬਰ ਜਦ ਮੈਂ ਕੰਮ ਸ਼ੁਰੂ ਕੀਤਾ ਸੀ, ਇਹ 2007 2007 ਦੇ ਅੰਦਰ, ਇਹ ਜਿਹੜਾ ਟਾਰਗੇਟ ਜਿਹੜਾ ਤੁਸੀਂ ਅੱਜ 5 ਲੱਖ ਸ਼ੋ ਕਰ ਰਹੇ ਹੋ, ਹਾਂਜੀ ਦਿਸ ਯੂਜ਼ ਟੂ ਬੀ ਇਹ ਸਿਰਫ 3.25 ਲੱਖ ਹੁੰਦਾ ਸੀ ਉਸ ਟਾਈਮ, 3.25 ਲੱਖ ਜਾਂ 3.5 ਲੱਖ। ਅੱਛਾ ਜੀ, ਦੇਖੋ ਕਿੱਥੇ ਤੱਕ ਨੰਬਰ ਪਹੁੰਚਿਆ ਹੋਇਆ ਹੈ, ਠੀਕ ਹੈ। ਆਹ ਹਾਂਜੀ ਸਾਰੇ ਸਰ, 2 ਲੱਖ ਹਾਂ, ਇਹ ਸਾਰੇ ਕੈਟੇਗਰੀ ਸ਼ੋ ਕਰ ਰਹੇ ਹਨ। ਕਿਸੇ ਨੂੰ ਵੀ ਕੋਈ ਅਗਰ ਰਿਸਰਚ ਕਰਨੀ ਹੈ, ਤੇ ਇੱਥੇ ਜਾ ਕੇ ਨਾ ਤੁਸੀਂ ਯੂ ਕੈਨ ਸਰਚ, ਪੁੱਟ ਦਿਸ ਔਨ ਗੂਗਲ, ਸਪਲੀਮੈਂਟਰੀ ਇਨਫੋਰਮੇਸ਼ਨ ਫੋਰ 2024-2026, ਇਹ ਗੂਗਲ ਤੇ ਆ ਕੇ ਤੁਸੀਂ ਇਹਨਾਂ ਨੂੰ ਪੜ੍ਹ ਸਕਦੇ ਹੋ। ਪਰ ਤੁਹਾਡੇ ਕੇਸ ਦੇ ਬਾਰੇ ਗੱਲ ਕਰੀਏ ਕਿ ਫੈਮਿਲੀ, ਆ ਦੇਖੋ ਤੁਸੀਂ ਅਪਲਾਈ ਕੀਤਾ ਸੀ ਅੰਡਰ ਸਪਾਊਸ, ਪਾਰਟਨਰਸ ਐਂਡ ਚਿਲਡਰਨ। ਜੀ ਸਰ, ਇਸ ਸਾਲ ਦਾ ਟਾਰਗੇਟ ਹੈ 82,000 ਨੇ ਵੀਜ਼ਾ ਇਸ਼ੂ ਕਰਨੇ ਹੈ ਐਪਲੀਕੇਸ਼ਨਸ। ਪਿਛਲੇ ਠੀਕ ਪਿਛਲੇ ਹੈ ਸਰ, ਸਾਲ ਦੈਟ ਵਾਸ 77,000, ਸੋ ਇਹਨਾਂ ਇੱਥੇ ਵੀ ਬੜੋਤਰੀ ਹੋਈ ਹੈ। 82,000, 84,000, 84,000, ਮਤਲਬ ਕਿ 2,000 2,000+ ਹੀ ਹੈ ਅਗਲੇ 2 2 ਸਾਲ ਤੱਕ। ਸੋ ਇਸ ਤਰ੍ਹਾਂ ਚੱਲਦਾ ਹੈ। ਸੋ ਹੁਣ ਇਸ ਸਾਲ ਦੇ ਕਿੰਨੇ ਵੀਜ਼ੇ ਹੋ ਗਏ, ਹੋ ਰਹੇ, ਇਸ ਤਰ੍ਹਾਂ ਟਾਰਗੇਟ ਉਹਨਾਂ ਦਾ ਉਸ ਹਿਸਾਬ ਨਾਲ ਕਰਦੇ ਹਾਂ। ਬਾਈ ਚਾਂਸ ਅਗਰ ਬਹੁਤੀ ਐਪਲੀਕੇਸ਼ਨ ਆ ਗਈ, ਜੇ ਟਾਰਗੇਟ ਪੂਰਾ ਹੋ ਗਿਆ, ਦਿੰਦੇ ਵੀ ਰੋਲ ਓਵਰ ਕਰਕੇ ਦੂਸਰੇ ਸਾਲ ਨੂੰ ਉਹ ਭੇਜ ਦਿੰਦੇ ਹਾਂ ਕਿ ਵੀ ਜਸਟ ਵੇਟ ਕਰ। ਕਈ ਲੋਕਾਂ ਦੇ ਐਕਚੁਅਲੀ ਫਾਈਲ ਲੱਗੀ ਹੋਈ ਹੈ, 2 ਸਾਲ ਹੋ ਗਏ, ਕਿਸੇ ਦੇ 2.5 ਸਾਲ ਹੋ ਗਿਆ, ਕਿਸੇ ਦੇ ਕੁਝ ਹੋ ਗਿਆ। ਸੋ No. 1 ਤੇ ਫੈਕਟਰ ਹੈ ਕੋਟਾ, ਕਿ ਵੀ ਕੋਟਾ ਕਿੰਨਾ ਉਸ ਸਾਲ ਦਾ ਬਚਿਆ ਹੋਇਆ। ਕਈ ਵਾਰ ਲੋਕਾਂ ਨੂੰ ਪਤਾ ਹੁੰਦਾ ਕਿ ਵੀ ਅਗਲੇ ਸਾਲ ਚੜ੍ਹਦੇ ਹੀ ਜਨਵਰੀ ਫਰਵਰੀ 'ਚ ਆ ਗਿਆ, ਉਹ ਕਹਿੰਦੇ ਜੀ ਪਤਾ ਨਹੀਂ ਛੇਤੀ ਕਿਉਂ ਆ ਗਿਆ। ਸੋ ਕੋਟਾ ਦਾ ਰੋਲ ਓਵਰ ਹੁੰਦਾ No. 1। ਦੂਸਰਾ ਬਿਲਕੁਲ ਦੂਸਰਾ ਤੁਹਾਡੇ ਕੇਸ ਵਿੱਚ ਦੇਖੋ, ਹਮੇਸ਼ਾ ਫੈਮਿਲੀ ਸਪੌਂਸਰਸ਼ਿਪ ਵਿੱਚ ਹਮੇਸ਼ਾ ਇਹ ਹੁੰਦਾ ਕਿ ਬੋਨਾਫਾਈਡ, ਕਿ ਵੀ ਤੁਹਾਡੀ ਮੈਰਿਜ ਜੈਨੂਇਨ ਹੈ ਕਿ ਨਹੀਂ ਹੈ, ਮੈਰਿਜ ਤੁਸੀਂ ਕਿਸ ਦਾ ਕੀਤੀ। ਤੁਸੀਂ ਆਪਣੀ ਕੋਈ ਹਿਸਟਰੀ ਅਗਰ ਦੱਸਣਾ ਚਾਹੋ ਤੇ ਦੱਸ ਸਕਦੇ ਹੋ। ਤੁਸੀਂ ਮੇਰੇ ਖਿਆਲ ਕਈ ਸਾਲ ਤੋਂ ਸ਼ਾਇਦ ਟਰਾਈ ਕਰ ਰਹੇ ਸੀ, ਪਹਿਲਾਂ ਵੀ ਇੱਕ ਅੱਧ ਵਾਰ ਰਿਫਿਊਜ਼ ਹੋ ਚੁੱਕਿਆ ਨਾ ਕਦੀ? ਮੇਰੀ ਸਰ ਇੱਕ ਵਾਰ ਰਿਫਿਊਜ਼ਲ ਹੋਈ ਸੀ ਉਸ, ਕਿਉਂਕਿ ਜਿਹੜੀ ਸਰ ਇੱਕ ਵਾਰ ਪਹਿਲਾਂ ਰਿਫਿਊਜ਼ਲ ਹੋਈ ਸੀ ਉਹਦੇ ਵਿੱਚ ਹੀ ਸਰ ਬਹੁਤ ਟਾਈਮ ਲੱਗ ਗਿਆ ਸੀ। ਅਪਰੋਕਸੀਮੇਟਲੀ 3 ਈਅਰ ਤਾਂ ਸਰ ਉੱਥੇ ਮੇਰੇ ਵੇਸਟ ਹੋ ਗਏ ਸੀ, ਮਤਲਬ 3 ਸਾਲ ਖਰਾਬ ਹੋਏ ਸੀ। 3 ਸਾਲ ਕਿਉਂਕਿ ਵਿੱਚ ਕੋਵਿਡ ਆ ਗਿਆ, ਕੋਵਿਡ ਤੋਂ ਬਾਅਦ ਫਾਈਲ ਸਲੋ ਹੋ ਗਈ, ਫਿਰ 3 ਸਾਲ ਬਾਅਦ ਇੰਟਰਵਿਊ ਕਾਲ ਆਉਂਦੀ ਹੈ ਸਰ। 3 ਸਾਲ ਬਾਅਦ ਜਦੋਂ ਇੰਟਰਵਿਊ ਕਾਲ ਆਉਂਦੀ ਹੈ ਤੇ ਉਸ ਤੋਂ ਬਾਅਦ ਇੰਟਰਵਿਊ 'ਚ ਰਿਫਿਊਜ਼ਲ ਮਿਲਦਾ ਹੈ।
ਜਦ ਕਿ ਇੰਟਰਵਿਊ ਵਿੱਚ ਸਰ ਅਸੀਂ ਦੋਨੋਂ ਹਸਬੈਂਡ ਵਾਈਫ ਗਏ ਸੀ, ਫਿਰ ਵੀ ਉਹਨਾਂ ਨੇ ਮਤਲਬ ਉਹ ਸੈਟੀਸਫਾਈ ਨਹੀਂ ਸੀ ਕਿ ਤੁਸੀਂ ਜੈਨੂਇਨ ਹੈਗੇ ਆ। ਫਿਰ ਉਸ ਤੋਂ ਬਾਅਦ ਸਰ ਉਹ ਵਾਪਿਸ ਮੇਰੀ ਮਿਸੇਜ ਜੋ ਹੈ ਵਾਪਿਸ ਚਲੇ ਜਾਂਦੇ ਆ। ਤੋ ਫਿਰ ਉਸ ਤੋਂ ਬਾਅਦ ਉਹ ਜਦੋਂ ਫਿਰ ਦੁਬਾਰਾ ਵਾਪਿਸ ਜਦੋਂ ਇੰਡੀਆ ਆਉਂਦੇ ਆ, ਫਿਰ ਅਸੀਂ ਇੱਥੇ 7-8 ਮਹੀਨੇ ਇਕੱਠੇ ਵੀ ਰਹਿੰਦੇ ਹਾਂ। ਪਹਿਲੇ ਵੀ 2-2 ਮਹੀਨੇ ਕਰਕੇ ਆਉਂਦੇ ਸੀ, ਫਿਰ ਉਹ 8-9 ਮਹੀਨੇ ਇੱਥੇ ਰਹਿੰਦੇ ਆ ਮਤਲਬ ਮੇਰੇ ਮਿਸਿਜ ਮੇਰੇ ਨਾਲ। ਤੇ ਸਰ ਉਸ ਦੇ ਵਿੱਚ ਫਿਰ ਉਸ ਤੋਂ ਬਾਅਦ ਚਲੋ ਪਰਮਾਤਮਾ ਦੀ ਮਤਲਬ ਦਇਆ ਦੇ ਨਾਲ ਸਾਡੇ ਬੇਬੀ ਵੀ ਫਿਰ ਪਲਾਨ ਹੋ ਜਾਂਦਾ ਆ ਸਾਡਾ ਇੱਕ। ਤੇ ਉਸ ਤੋਂ ਬਾਅਦ ਸਰ ਅਸੀਂ ਫਾਈਲ ਦੁਬਾਰਾ ਅਪਲਾਈ ਕੀਤੀ ਸੀ, ਤੇ ਜਦੋਂ ਫਾਈਲ ਅਪਲਾਈ ਕੀਤੀ ਤੇ ਬੇਬੀ ਜਿਹੜਾ ਸਾਡਾ ਉੱਥੇ ਨੀਰਜਾ ਵਾਪਿਸ ਚਲੇ ਗਈ ਸੀ, ਤੇ ਉੱਥੇ ਹੀ ਬੇਬੀ ਹੋਇਆ ਸੀ, ਕੈਨੇਡਾ ਹੀ ਹੋਇਆ ਸੀ। ਤੋ ਉਸ ਤੋਂ ਬਾਅਦ ਅਪਲਾਈ ਕੀਤੀ ਸੀ ਸਰ ਫਾਈਲ ਫਿਰ। ਤੇ ਇੱਕ ਤਾਂ ਬੇਬੀ ਦੇ ਬਾਰੇ ਹੈਲੋ ਪਹਿਲਾਂ ਪਹਿਲਾਂ ਇੱਥੇ ਰੁਕ ਦਈਏ 2 ਮਿੰਟ ਪਹਿਲਾਂ। ਬੇਬੀ ਤੁਹਾਡਾ ਜਿਹੜਾ ਹੋ ਗਿਆ, ਇਮੀਗ੍ਰੇਸ਼ਨ ਨੂੰ ਇਹ ਵੀ ਸੀ ਕਿ ਵੀ ਬੇਬੀ ਦੇ ਬਾਰੇ ਪਤਾ ਕਰੀਏ ਕਿ ਵੀ ਬੇਬੀ ਦਾ ਕੀ ਸੀਕਰੇਟ ਹੈ। ਤੁਹਾਨੂੰ ਉਹਨਾਂ ਨੇ ਡੀਐਨਏ ਟੈਸਟਿੰਗ ਲਈ ਵੀ ਉਹਨਾਂ ਨੇ ਚਿੱਠੀ ਭੇਜ ਸੀ ਕਿ ਵੀ ਤੁਸੀਂ ਆਪਣਾ ਡੀਐਨਏ ਟੈਸਟ ਕਰਾਓ ਕਿ ਵੀ ਇਹਦੇ ਨਾਲ ਪਤਾ ਲੱਗ ਜਾਏ ਕਿ ਵੀ ਮਾਤਾ ਪਿਤਾ ਦਾ ਨਾਮ ਕੌਣ ਹੈ, ਮਾਤਾ ਪਿਤਾ ਕੌਣ ਹੈ। ਬਿਲਕੁਲ ਸਰ, ਜੋ ਐਮਬੈਸੀ ਹੈਗੀ ਹੈ ਬਹੁਤ ਸਟ੍ਰਿਕਟ ਹੈ ਇਸ ਮਾਮਲੇ ਦੇ ਵਿੱਚ। ਉਹ ਬਿਲਕੁਲ ਤਹਿ ਤੱਕ ਜਾਂਦੇ ਆ ਕਿ ਜਦੋਂ ਤੱਕ ਉਹ ਉਹਨਾਂ ਨੂੰ ਯਕੀਨ ਨਹੀਂ ਹੋ ਜਾਂਦਾ ਕਿ ਤੁਸੀਂ ਮਤਲਬ ਜੈਨੂਇਨ ਕਪਲ ਹੈਗੇ ਆ ਕਿ ਨਹੀਂ, ਉਹ ਤੁਹਾਡੇ ਲਈ ਮਤਲਬ ਹਰ ਕੋਸ਼ਿਸ਼ ਕਰਦੇ ਆ ਕਿ ਤੁਸੀਂ ਉਹ ਪ੍ਰੂਫ ਦਿਓ ਕਿ ਜਿਹੜੇ ਜੈਨੂਇਨ ਹੋਣ ਲਈ। ਜੇ ਤੁਸੀਂ ਦੇ ਵੀ ਦਿੰਦੇ ਆ, ਜੇ ਤੁਸੀਂ ਆਪਣੀ ਫੋਟੋਜ਼ ਵੀ ਇੰਨੇ ਸਾਲ ਦੀਆਂ ਦੇ ਰਹੇ ਹੋ, ਜਾਂ ਤੁਸੀਂ ਮੇਰੇ ਤੋਂ 5-5 ਸਾਲ ਦੀਆਂ ਚੈਟਿੰਗ ਸੀ, ਜਾਂ 5-5 ਸਾਲ ਦੀਆਂ ਆਪਣੀਆਂ ਵੀਡੀਓ ਕਾਲਸ ਵੀ ਸੀ ਸਾਡੇ ਤੋਂ, ਪਰ ਉਹਨਾਂ ਨੂੰ ਇਸ ਗੱਲ ਤੇ ਫਿਰ ਵੀ ਡਾਊਟ ਰਿਹਾ, ਤੇ ਫਿਰ ਉਹਨਾਂ ਨੇ ਜਿਹੜਾ ਹੈਗਾ ਡੀਐਨਏ ਟੈਸਟ ਲਈ ਵੀ ਗਿਆ ਸੀ। ਤੇ ਡੀਐਨਏ ਟੈਸਟ ਵਿੱਚ ਸਰ ਡੀਐਨਏ ਟੈਸਟ ਹੁਣੇ ਆਈ ਥਿੰਕ ਦਸੰਬਰ ਜਨਵਰੀ ਚ ਕੋਲ ਆਉਂਦੀ ਹੈ ਮੈਨੂੰ ਡੀਐਨਏ ਟੈਸਟ ਲਈ। ਤੇ ਡੀਐਨਏ ਟੈਸਟ ਜਿਹੜਾ ਸੀ ਮੈਂ ਇੱਧਰ ਕਰਵਾਇਆ ਸੀ, ਤੇ ਉਹ ਜਿਹੜਾ ਮੇਰੀ ਮਿਸਿਜ਼ ਦਾ ਤੇ ਬੇਬੀ ਦਾ ਉੱਧਰ ਹੋਇਆ ਸੀ ਡੀਐਨਏ ਟੈਸਟ ਕੈਨੇਡਾ ਵਿੱਚ। ਖੁਸ਼ੀ ਤੋਂ ਸਰ ਖੁਸ਼ੀ ਮੈਨੂੰ ਇਹ ਹਾਂਜੀ ਖੁਸ਼ੀ ਮੈਨੂੰ ਇਹ ਹੈ ਕਿ ਵੀ ਸਾਡੀ ਸਰਕਾਰ ਜਿਹੜੇ ਵੀਜ਼ਾ ਅਫਸਰ ਆਪਣਾ ਕੰਮ ਪੂਰੀ ਮੁਸਤੈਦੀ ਨਾਲ ਕਰ ਰਹੇ ਹੈ, ਪੂਰੀ ਠੋਕ ਵਜਾ ਕੇ ਚੈੱਕ ਕਰ ਰਹੇ ਹੈ ਕਿ ਵੀ ਸਭ ਕੁਝ ਸੱਚਾਈ ਹੈ ਕਿ ਨਹੀਂ ਹੈ। ਸੋ ਬਿਲਕੁਲ ਡੀਐਨਏ ਵੀ ਕਰਾ ਲਿਆ ਉਹਨਾਂ ਨੇ, ਸਭ ਕਰ ਲਿਆ, ਵੈਰੀਫਾਈ ਹੋ ਗਿਆ, ਬੈਨੀਵੇ ਸਾਰਾ ਹੋ ਗਿਆ। ਪਹਿਲਾਂ ਮੈਨੂੰ ਇਹ ਦੱਸੋ ਕਿ ਵੀ ਜਿਹੜਾ ਤੁਹਾਡਾ ਪਹਿਲੀ ਐਪਲੀਕੇਸ਼ਨ ਵਿੱਚ ਰਿਫਿਊਜ਼ਲ ਕੀ ਪਾਇਆ ਸੀ ਉਹਨਾਂ ਨੇ ਕਿ ਤੁਹਾਡੇ ਰਿਲੇਸ਼ਨਸ਼ਿਪ ਜੈਨੂਇਨ ਨਹੀਂ ਹੈ ਜਿਹੜੇ ਜਿਹੜੇ 3 ਸਾਲ ਬਣਾ। ਰਿਫਿਊਜ਼ਲ ਦਾ ਸਰ ਰੀਜ਼ਨ ਜਿਹੜਾ ਮੇਨ ਸੀ ਉਹ ਇਹ ਸੀ ਕਿ ਅਸੀਂ ਜਿਹੜੀ ਮੈਰਿਜ ਸੀ ਸਾਡੀ ਲਵ ਮੈਰਿਜ ਕਰਵਾ ਲਈ ਸੀ ਅਸੀਂ। ਤੇ ਅਸੀਂ ਜਿੱਦਾਂ ਸਰ ਮੈਂ ਉਹੀ ਕਹਿੰਦਾ ਹੈ ਕਿ ਜਿਹੜੇ ਇੱਥੋਂ ਦੇ ਵਕੀਲ ਸਾਡੇ ਨਾਲ ਧੋਖਾਧੜੀ ਕਰਦੇ ਆ, ਕਿਉਂਕਿ ਸਾਨੂੰ ਇੱਕ ਇੰਡੀਆ ਵਿੱਚ ਬਹੁਤ ਬਹੁਤ ਜ਼ਿਆਦਾ ਸਰ ਇਦਾਂ ਦੇ ਕੇਸਿਸ ਹੁੰਦੇ ਆ ਕਿ ਉਹਨਾਂ ਨੂੰ ਮੈਰਿਜ ਕਿੱਦਾਂ ਕਰਵਾਉਣੀ ਨਹੀਂ ਪਤਾ ਹੁੰਦਾ। ਉਹ ਸਿਰਫ ਵਕੀਲ ਕੋਲ ਜਾਂਦੇ ਆ ਤੇ ਵਕੀਲ ਕੋਲ ਜਾ ਕੇ ਕਹਿ ਦਿੰਦੇ ਆ ਕਿ ਸਰ ਕਿ ਅਸੀਂ ਕਿ ਮੈਰਿਜ ਕਰਵਾਉਣੀ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕੋਰਟ ਮੈਰਿਜ ਕਰਵਾ ਰਹੇ ਆ ਜਾਂ ਉਹ ਕੋਈ ਹਿੰਦੂ ਮੈਰਿਜ ਐਕਟ ਦੇ ਥਰੂ ਵਕੀਲ ਉਹਨਾਂ ਦੀ ਕਰਵਾ ਰਿਹਾ ਹੈ। ਮਤਲਬ ਜਿਹੜੀ ਅਸੀਂ ਜੈਨੂਇਨ ਮੈਰਿਜ ਜਿੱਦਾਂ ਆਮ ਅਸੀਂ ਘਰਾਂ 'ਚ ਕਰਵਾਉਂਦੇ ਹਾਂ ਉਹ ਹਿੰਦੂ ਮੈਰਿਜ ਐਕਟ ਦੇ ਥਰੂ ਹੁੰਦੀ ਹੈ ਉਹ ਮੈਰਿਜ। ਤੇ ਅਸੀਂ ਵਕੀਲ ਨੂੰ ਇਹ ਜਾ ਕੇ ਕਹਿੰਦੇ ਹਾਂ ਕਿ ਸਰ ਅਸੀਂ ਕੋਰਟ ਮੈਰਿਜ ਕਰਵਾਉਣੀ ਹੈ, ਪਰ ਉਹ ਵਕੀਲ ਕੀ ਕਰਦਾ ਹੈ ਉਹ ਤੁਹਾਡੀ ਹਿੰਦੂ ਮੈਰਿਜ ਐਕਟ ਦੇ ਥਰੂ ਕਰਵਾ ਦਿੰਦਾ ਹੈ।
ਕਿ ਤੁਹਾਨੂੰ ਇੱਕ ਮੰਦਿਰ ਵਿੱਚ ਲੈ ਕੇ ਜਾਂਦਾ ਹੈ, ਫਿਰ ਬਾਅਦ ਵਿੱਚ ਅਗਲੇ ਦਿਨ ਤੁਹਾਨੂੰ ਰਜਿਸਟ੍ਰੇਸ਼ਨ ਲਈ ਉੱਥੇ ਭੇਜ ਦਿੱਤਾ ਜਾਂਦਾ ਹੈ, ਜਿਹੜਾ ਤੁਹਾਡੇ ਲਾਗੇ ਕਚਹਿਰੀਆਂ ਹੁੰਦੀਆਂ ਉੱਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਦਿੱਤੀ। ਬੰਦੇ ਨੂੰ ਇਹ ਹੁੰਦਾ ਹੈ ਕਿ ਮੇਰੀ ਕੋਰਟ ਮੈਰਿਜ ਹੋ ਗਈ, ਬਟ ਉਹ ਕੋਰਟ ਮੈਰਿਜ ਨਹੀਂ ਹੁੰਦੀ, ਉਹ ਤੁਹਾਡੀ ਹਿੰਦੂ ਮੈਰਿਜ ਐਕਟ ਦੇ ਥਰੂ ਤੁਹਾਡੀ ਮੈਰਿਜ ਕਰਵਾ ਰਹੇ ਹੁੰਦੇ ਹੈ। ਤੇ ਜਿਹੜੀ ਕੋਰਟ ਮੈਰਿਜ ਆ ਉਹਦਾ ਪ੍ਰੋਸੀਜਰ ਅਲੱਗ ਹੁੰਦਾ ਹੈ, ਉਹਦੇ ਲਈ ਤੁਹਾਨੂੰ ਇੰਨਾ ਜ਼ਿਆਦਾ ਕੋਈ ਲਾਵਾਂ ਦੀਆਂ ਫੋਟੋਆਂ ਜਾਂ ਕੋਈ ਮੰਗਲ ਸੂਤਰ ਦੀਆਂ ਫੋਟੋਆਂ ਦੇਣ ਦੀ ਲੋੜ ਨਹੀਂ ਹੁੰਦੀ ਹੈ, ਜਸਟ ਕੋਰਟ ਵਿੱਚ ਜਾਓ, ਕੋਰਟ 'ਚ ਮੈਰਿਜ ਕਰਵਾਓ ਤੇ ਉਹ ਇਨਫ ਹੁੰਦਾ ਹੈ। ਬਟ ਸਾਡੇ ਕੇਸ 'ਚ ਕੀ ਸੀ ਕਿ ਮੈਂ ਤੁਹਾਨੂੰ ਉਹੀ ਕਿਹਾ ਕਿ ਵਕੀਲ ਤੋਂ ਗਏ ਸੀ, ਵਕੀਲ ਨੂੰ ਜਾ ਕੇ ਕਿਹਾ ਅਸੀਂ ਕਿ ਸਰ ਅੱਗੇ ਅਸੀਂ ਮੈਰਿਜ ਕਰਵਾਉਣੀ, ਕੋਰਟ ਮੈਰਿਜ ਕਰਵਾਉਣੀ ਹੈ, ਬਟ ਉਹਨਾਂ ਨੇ ਅੱਗੇ ਹਿੰਦੂ ਮੈਰਿਜ ਐਕਟ ਦੇ ਥਰੂ ਕਰਵਾਤੀ, ਜਿਹੜੇ ਕਿ ਸਾਨੂੰ ਨੌਲੇਜ ਹੀ ਨਹੀਂ ਸੀ ਇਸ ਚੀਜ਼ ਦੀ ਕਿ ਸਾਡੀ ਮੈਰਿਜ ਕਿੱਦਾਂ ਹੋ ਰਹੀ ਹੈ। ਤੇ ਮੈਂ ਆਪਣੀ ਫਾਈਲ ਵਿੱਚ ਲਿਖ ਦਿੱਤਾ ਅਸੀਂ ਕੋਰਟ ਮੈਰਿਜ, ਤੇ ਮੈਂ ਜਦੋਂ ਸਕਰੀਨ ਕੋਰਟ ਤੇ ਮੈ ਦਿਖਾ ਰਿਹਾ, ਦੇਖੋ ਸਕਰੀਨ ਤੇ ਆ ਰਿਹਾ ਤੁਹਾਡਾ, ਦੇਖੋ ਕੋਰਟ ਮੈਰਿਜ ਹੁੰਦੀ ਹੈ, ਸਪੈਸ਼ਲ ਮੈਰਿਜ ਐਕਟ ਹੈ 1954 ਦੇ, ਇੰਡੀਆ ਦਾ ਸਿਸਟਮ ਹੈ, ਇਹਦੇ ਵਿੱਚ ਪ੍ਰੋਸੀਜਰ ਲਿਖਿਆ ਹੋਇਆ ਸਾਰਾ। ਲੇਕਿਨ ਯੂ ਆਰ ਰਾਈਟ ਕਿ 90% ਤੋਂ ਜ਼ਿਆਦਾ ਜ਼ਿਆਦਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕੋਰਟ ਮੈਰਿਜ ਦਾ ਕੀ ਸਿਲਸਿਲਾ ਹੈ। ਉਹ ਸੋਚਦੇ ਕਿ ਮੈਰਿਜ ਰਜਿਸਟ੍ਰੇਸ਼ਨ ਜਿਹੜਾ ਉਹ ਹਿੰਦੂ ਮੈਰਿਜ ਦੇ ਬਾਅਦ ਜਿਹੜਾ ਸਰਟੀਫਿਕੇਟ ਮਿਲ ਗਿਆ ਜੀ, ਹੋ ਗਈ ਹੋ ਗਈ, ਉਹ ਹੀ ਨਹੀਂ ਹੈ ਹਾਂਜੀ, ਉਹ ਸਰ ਉਸ ਚੀਜ਼ ਨੂੰ ਕੋਰਟ ਮੈਰਿਜ ਮੰਨ ਲੈਂਦੇ ਆ। ਜੀ। ਸੋ ਅੱਛਾ ਜੀ ਸਰ, ਅੱਛਾ ਇੱਥੇ ਇੱਥੇ ਖਰਚਾ ਵੀ ਨਹੀਂ ਹੈ ਕੋਰਟ ਮੈਰਿਜ ਤੇ ਕਰਨ ਲਈ, ਖਰਚਾ ਜ਼ਿਆਦਾ ਵੀ ਨਹੀਂ ਹੈ ਮੇਰੇ ਖਿਆਲ ਹੈ ਕਿ 5-10 ਹਜ਼ਾਰ ਰੁਪਏ 'ਚ ਸਾਰਾ ਤੁਹਾਡੀ ਮੈਰਿਜ ਹੋ ਜਾਏਗੀ, ਬਿਲਕੁਲ ਐਜ਼ ਕੰਪੇਅਰ ਟੂ ਤੁਸੀਂ ਰਿਲੀਜੀਅਸ ਮੈਰਿਜ ਕਰਾਓ ਜੀ, ਲੱਖੋਂ ਰੁਪਏ ਖਰਚ ਕਰੋ, ਹੋਣਾ ਤੁਹਾਨੂੰ ਕੁਛ ਨਹੀਂ ਹੈ। ਬਿਲਕੁਲ ਸਰ ਬਿਲਕੁਲ। ਫਿਰ ਬਟ ਸਰ ਇਸ ਚੀਜ਼ ਦੀ ਪ੍ਰੋਪਰ ਜੇ ਨੌਲੇਜ ਨਾ ਹੋਵੇ ਤੇ ਬੰਦਾ ਵਕੀਲ ਤੋਂ ਠੱਗਿਆ ਵੀ ਜਾਂਦਾ ਹੈ, ਕਿਉਂਕਿ ਵਕੀਲ ਨੂੰ ਅਸੀਂ ਪੈਸੇ ਦੇ ਦਿੰਦੇ ਹਾਂ ਕਿ ਤੁਸੀਂ ਸਾਡੀ ਮੈਰਿਜ ਕਰਵਾ ਦਿਓ, ਤੇ ਉਹ ਤੁਹਾਡੇ ਤੋਂ ਪੈਸੇ ਵੀ ਵੱਧ ਲੈਂਦਾ ਹੈ, ਉਲਟੀ ਮੈਰਿਜ ਵੀ ਤੁਹਾਡੀ ਗਲਤ ਕਰਵਾ ਦਿੰਦਾ ਹੈ, ਤੁਸੀਂ ਆਪਣੀ ਫਾਈਲ ਵਿੱਚ ਵੀ ਗਲਤ ਫਿਰ ਲਿਖ ਦਿੰਦੇ ਹੋ ਕਿ ਇਹ ਸਾਡੀ ਕੋਰਟ ਮੈਰਿਜ ਹੈ, ਅੰਬੈਸੀ ਤੁਹਾਨੂੰ ਫੜ ਲੈਂਦੀ ਹੈ, ਅੰਬੈਸੀ ਜਦੋਂ ਫੜ ਲੈਂਦੀ ਹੈ ਤੇ ਉਹ ਤੁਹਾਡੇ ਰਿਫਿਊਜ਼ਲ ਦੇ ਦਿੰਦੀ ਹੈ। ਛੋਟੀ ਜੀ ਗਲਤੀ ਕਰਕੇ 3 ਸਾਲ ਖਰਾਬ ਹੋ ਗਏ ਹੈ। ਬਿਲਕੁਲ ਬਿਲਕੁਲ ਸਰ ਬਿਲਕੁਲ, ਮੇਨ ਰੀਜ਼ਨ ਤਾਂ ਸਰ ਇਹੀ ਸੀ ਕਿ ਅਸੀਂ ਲਿਖਿਆ ਸੀ ਕੋਰਟ ਮੈਰਿਜ ਤੇ ਉਹਨਾਂ ਨੇ ਸਾਫ਼ ਲਿਖਿਆ ਕਿ ਇਹ ਕੋਰਟ ਮੈਰਿਜ ਨਹੀਂ ਹੈਗੀ ਹੈ ਜਿਹੜੀ ਤੁਸੀਂ ਹਿੰਦੂ ਮੈਰਿਜ ਐਕਟ ਥਰੂ ਕਰਵਾ ਰਹੇ ਹੋ। ਤੇ ਫਿਰ ਸਰ ਜਦੋਂ ਸੈਕਿੰਡ ਟਾਈਮ ਮੈਂ ਫਾਈਲ ਅਪਲਾਈ ਕੀਤੀ ਤੁਹਾਡੀ ਸਲਾਹ ਦੇ ਨਾਲ ਜਦੋਂ ਕੀਤੀ ਸੀ, ਤੇ ਫਿਰ ਉਹਦੇ ਵਿੱਚ ਅਸੀਂ ਜਿਹੜੇ ਵਕੀਲ ਤੋਂ ਗਏ ਸੀ ਉਹਦੀਆਂ ਵੀ ਲਗਾਈਆਂ ਸੀ, ਵਿੱਚ ਸਲਿਪਸ ਲਗਾਈਆਂ ਸੀ ਕਿ ਅਸੀਂ ਵਕੀਲ ਤੋਂ ਗਏ ਸੀ ਤੇ ਉਹਨੇ ਸਾਡੀ ਮੈਰਿਜ ਜਿਹੜੀ ਹੈ ਹਿੰਦੂ ਮੈਰਿਜ ਐਕਟ ਦੇ ਥਰੂ ਕਰਵਾਤੀ, ਤੇ ਪਿਛਲੀ ਫਾਈਲ 'ਚ ਜੋ ਅਸੀਂ ਮੈਂਸ਼ਨ ਕੀਤਾ ਸੀ ਉਹ ਅਸੀਂ ਕੋਰਟ ਮੈਰਿਜ ਕੀਤਾ ਸੀ, ਇਹ ਵੀ ਰੀਜ਼ਨ ਵਿੱਚ ਅਸੀਂ ਮੈਂਸ਼ਨ ਕੀਤਾ ਹੋਇਆ ਸੀ ਇੱਕ ਲੈਟਰ ਵਿੱਚ। ਦੈਟਸ ਕਰੈਕਟ। ਜਿਹੜੇ ਜਿਹੜੇ ਪੁਰਾਣੇ ਹਾਂਜੀ, ਜਿਹੜੇ ਲਾਇਰ ਸਨ, ਉਹ ਦੇ ਵਰ ਫਰੋਮ ਕੈਨੇਡਾ ਔਰ ਇੰਡੀਆ ਤੋਂ ਪਰਾਇਆ ਸੀ? ਉਹ ਪੁਰਾਣੇ ਲੋਅਰ ਸਰ ਕੈਨੇਡਾ ਦੇ ਸੀ, ਤੇ ਔਰ ਮੈਨੂੰ ਇੰਨੀ ਹੈਰਾਨੀ ਇਸ ਗੱਲ ਦੀ ਸਰ ਇਹ ਹੁੰਦੀ ਹੈ ਕਿ ਜਦੋਂ ਅਸੀਂ ਪਹਿਲੀ ਵਾਰ ਆਪਣੀ ਫਾਈਲ ਲਾਈ ਹੈ, ਚਲੋ ਸਾਨੂੰ ਨਹੀਂ ਪਤਾ ਸੀ ਕਿ ਅਸੀਂ ਕੋਰਟ ਮੈਰਿਜ ਕਰਵਾਈ ਹੈ ਜਾਂ ਸਾਡੀ ਹਿੰਦੂ ਮੈਰਿਜ ਐਕਟ ਥਰੂ ਹੋਈ ਹੈ, ਉਹ ਜਿਹੜੇ ਹੈਗੇ ਆ ਉਹਨਾਂ ਨੇ ਸਾਨੂੰ ਕੋਈ ਸਲਾਹ ਹੀ ਨਹੀਂ ਦਿੱਤੀ ਕਿ ਤੁਸੀਂ ਆਪਣੀ ਫਾਈਲ ਲਗਾ ਰਹੇ ਹੋ ਕਿ ਇਹ ਤੁਹਾਡੀ ਕੋਰਟ ਮੈਰਿਜ ਨਹੀਂ ਹੈਗੀ ਹੈ, ਤੁਸੀਂ ਹਿੰਦੂ ਮੈਰਿਜ ਐਕਟ ਦੇ, ਇਹ ਤਾਂ ਮੈਂ ਜਦੋਂ ਤੁਹਾਡੇ ਨਾਲ ਗੱਲ ਕੀਤੀ ਸੀ ਤੁਸੀਂ ਦੱਸਿਆ ਸੀ ਕਿ ਇਹ ਤੁਸੀਂ ਜਿਹੜੀ ਮੈਰਿਜ ਕਰਵਾਈ ਹੈ ਤੁਹਾਡੀ ਕੋਰਟ ਮੈਰਿਜ ਨਹੀਂ ਹੈਗੀ ਹੈ, ਇਹ ਹਿੰਦੂ ਮੈਰਿਜ ਐਕਟ ਥਰੂ ਹੈ, ਤੁਸੀਂ ਗਲਤ ਲਿਖਿਆ ਹੋਇਆ। ਤੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ, ਫਾਈਲ ਲਾਉਣ ਤੋਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਜੀ ਸੀ, ਤੇ ਜੀ ਫਿਰ ਤੁਸੀਂ ਮੈਨੂੰ ਇਹ ਗੱਲ ਦੱਸੀ ਸੀ। ਹਾਂਜੀ ਸਰ, ਚਲੋ ਕੋਈ ਗੱਲ ਨਹੀਂ, ਜੋ ਕੁਝ ਹੋ ਗਿਆ ਟਾਈਮ ਟਾਈਮ ਤੇ ਜ਼ਾਇਆ ਹੋ ਗਿਆ, ਡੈਟਸ ਓਕੇ ਗੋਨ, ਪਰ ਖੁਸ਼ੀ ਇਸ ਚੀਜ਼ ਦੀ ਹੈ ਕਿ ਬਈ 1 ਸਾਲ ਲੱਗ ਗਿਆ, ਕੋਈ ਗੱਲ ਨਹੀਂ, 1 ਸਾਲ ਤੇ ਲੱਗਦਾ ਹੀ ਰਹਿੰਦਾ, 1 ਸਾਲ ਸਵਾ ਸਾਲ ਤੇ ਲੱਗਦਾ ਹੀ ਰਹਿੰਦਾ, ਹਰੇਕ ਐਪਲੀਕੇਸ਼ਨ ਨੂੰ ਲੱਗਦਾ। ਸੋ ਹੁਣ ਤੁਹਾਡੀ ਮੇਰੇ ਖਿਆਲ ਪਾਸਪੋਰਟ ਰਿਕੁਐਸਟ ਵੀ ਆ ਗਈ ਹੈ, ਤੇ PPR ਮੇਰੇ ਖਿਆਲ ਹੈ ਕਿ 2-3 ਹਫ਼ਤੇ ਤੱਕ ਤੁਹਾਨੂੰ ਵੀਜ਼ਾ ਵੀ ਆ ਜਾਏਗਾ ਮੋਰ ਲੈਸ, ਤੇ ਤੁਸੀਂ ਮੇਰੇ ਖਿਆਲ
ਅਗਲੇ ਮਹੀਨੇ ਜੂਨ ਜੁਲਾਈ ਦੇ ਵਿੱਚ ਤੁਸੀਂ ਕੈਨੇਡਾ ਹੋਗੇ ਐਜ਼ ਅ ਪੀਆਰ, ਐਜ਼ ਅ ਪਰਮਨੈਂਟ ਇਮੀਗ੍ਰੈਂਟ। ਸੋ ਜੀ ਤੁਹਾਡਾ ਸਰ, ਜਿਹੜਾ 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 ਸਫ਼ਰ 3-4 ਸਾਲ ਦਾ ਜਿਹੜਾ ਉਹ ਵੀ ਖਤਮ ਹੋ ਗਿਆ। ਬਾਕੀ ਜਿਹੜੇ ਦੋਸਤ ਗੁਆਂਢੀ ਜਿਹੜੇ ਪੁੱਛਦੇ ਕਿ ਵੀ ਹਾਂ ਵੀ ਕੀ ਬਣਿਆ ਕੀ ਬਣਿਆ ਕਿਹਦਾ, ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਵੀ ਬੰਦਾ ਚਲਾ ਹੀ ਗਿਆ ਉਹ ਕਹਿਣ ਹਾਂ ਤੇ। ਜੀ ਸਰ, ਉਹ ਤਾਂ ਸਰ ਪੁੱਛਦੇ ਆ, ਕਿਉਂਕਿ ਜਦੋਂ ਬੰਦੇ ਨੂੰ ਇੱਧਰ ਉਹਦੇ ਸਰ ਪੁੱਛਣਾ ਸਟਾਰਟ ਕਰ ਦਿੰਦੇ ਆ ਕਿ ਜਦੋਂ ਬੰਦੇ ਦੀ ਮੈਰਿਜ ਹੁੰਦੀ ਹੈ ਕਿ ਹਾਂ ਵੀ ਕਦੋਂ ਜਾ ਰਹੇ ਹਾਂ ਕਦੋਂ ਨਹੀਂ। 2019 ਤੋਂ ਸਰ ਇਹੀ ਗੱਲਾਂ ਚੱਲਦੀਆਂ ਲੱਗ ਗਏ, ਆਂਢ ਗੁਆਂਢ 'ਚ ਵੀ ਚੱਲਦੀਆਂ ਹੈਗੀਆਂ, ਪੁੱਛਦੇ ਆ ਲੋਕ। ਪਰ ਸਰ ਕਿਸੇ ਨੂੰ ਰੀਜ਼ਨ ਨਹੀਂ ਪਤਾ ਹੁੰਦੇ ਆ ਕਿ ਕਿਉਂ ਬੰਦਾ ਇੱਥੇ ਹੈਗਾ ਹੈ ਜਾਂ ਕਿਉਂ ਨਹੀਂ, ਕਿਸੇ ਨੂੰ ਦੱਸ ਵੀ ਨਹੀਂ ਸਕਦਾ। ਹੁਣ ਸਰ ਕਿੰਨੀ ਕੁ ਗੱਲ ਕਿਸੇ ਨਾਲ ਕੋਈ ਕਰ ਲੂਗਾ। ਤੇ ਬਾਕੀ ਸਰ ਕੋਈ ਗੱਲ ਨਹੀਂ, ਬਸ ਖੁਸ਼ੀ ਹੈ ਕਿ ਆਪਾਂ ਸਹੀ ਫਾਈਲ ਲਾਈ ਆ, ਹੁਣ ਇਸ ਤੋਂ ਕੋਈ ਗਲਤੀ ਨਹੀਂ ਕੀਤੀ, ਕਿਉਂਕਿ ਪਿਛਲੀ ਵਾਰ ਜਿਹੜੀ ਗਲਤੀ ਉਹ ਤਾਂ ਸਰ ਬਾਏ ਮਿਸਟੇਕ ਹੀ ਹੋ ਗਈ ਸੀ, ਸਾਨੂੰ ਪਤਾ ਹੀ ਨਹੀਂ, ਜਿਸ ਚੀਜ਼ ਦੀ ਨੌਲੇਜ ਹੀ ਨਹੀਂ ਸਰ, ਕਿਉਂਕਿ ਅਸੀਂ ਕਿਹੜਾ ਇਹਨੇ ਮਤਲਬ ਇੱਦਾਂ ਕੋਈ ਲਵ ਮੈਰਿਜ ਜਿਹੜੀ ਹੁੰਦੀ ਆ ਉਹ ਬੰਦਾ ਮਤਲਬ ਵਕੀਲ ਦੇ ਥਰੂ ਹੀ ਆਫਕੋਰਸ ਮੋਸਟਲੀ ਕੇਸ ਚ ਇੱਦਾਂ ਹੀ ਕਰਵਾਉਂਦਾ ਬੰਦਾ, ਤੇ ਸਾਡੀ ਵੀ ਕੁਛ ਇੱਦਾਂ ਹੀ ਹੋਈ ਸੀ, ਤੋ ਸਾਨੂੰ ਵੀ ਸਰ ਕੋਈ ਨੌਲੇਜ ਨਹੀਂ ਸੀ ਇਸ ਚੀਜ਼ ਦੀ ਕਿ ਮਤਲਬ ਕਿ ਕੋਰਟ ਮੈਰਿਜ ਹੋ ਰਹੀ ਹੈ ਜਾਂ ਹਿੰਦੂ ਮੈਰਿਜ ਐਕਟ ਥਰੂ ਹੋ ਰਹੀ ਹੈ। ਤੇ ਪਰ ਅਮਨਦੀਪ, ਤੁਸੀਂ ਤੁਸੀਂ ਇਹ ਸੋਚੋ ਕਿ ਮਤਲਬ ਆਪਾਂ ਕੋਈ ਵੀ ਪ੍ਰੋਫੈਸ਼ਨਲ ਕੋਲ ਜਾਂਦੇ ਹਾਂ, ਕੋਈ ਵੀ, ਲੈਟਸ ਸੇ ਕਿ ਤੁਸੀਂ ਕਿਸੇ ਡਾਕਟਰ ਕੋਲ ਜਾਓ ਜਾਂ ਕੋਈ ਵੀ ਅਕਾਊਂਟੈਂਟ ਆਰਕੀਟੈਕਟ ਕੁਛ ਕਿਸੇ ਕੋਲ ਵੀ ਜਾਓ, ਆਪਾਂ ਐਕਸਪੈਕਟ ਨਹੀਂ ਕਰਦੇ ਕਿ ਭਈ ਡਾਕਟਰ ਜਿਹੜਾ ਆਪਣੀ ਡਿਗਰੀ ਲਾ ਕੇ ਬੈਠਾ ਹੈ, ਜਿਹੜਾ ਦੁਕਾਨ ਖੋਲ ਕੇ ਬੈਠਾ ਹੈ, ਉਹ ਗਲਤੀ ਕਰ ਲੇਗਾ। ਗਲਤੀ ਉਹ ਕਰ ਲੇਗਾ ਤੇ ਅਗਲੇ ਦੀ ਜਾਨ ਚਲੀ ਜਾਏਗੀ, ਉਹ ਕਹਿੰਦੇ ਜੀ ਸਾਨੂੰ ਪਤਾ ਨਹੀਂ ਸੀ ਗਲਤੀ ਹੋ ਗਈ। ਗਲਤੀ ਹੁਣ ਤੁਹਾਡੇ ਜਿਹੜੇ 3-4 ਸਾਲ ਜਿਹੜੇ ਖਰਾਬ ਹੋ ਗਏ, ਉਹਦਾ ਮੁਆਵਜ਼ਾ ਕੌਣ ਦੇਗਾ? ਕੋਈ ਹੈ ਕੋਈ ਕਿ ਪੁਰਾਣਾ ਕਹਿੰਦੇ ਜੀ ਗਲਤੀ ਮੇਰੀ ਪ੍ਰੋਫੈਸ਼ਨਲ ਹੋ ਗਈ, ਤੁਸੀਂ ਆਪ ਮੇਰੇ ਤੋਂ ਕੰਪਨਸੇਸ਼ਨ ਕਰ ਲਓ। ਕਹਿੰਦੇ ਉਹ ਕਹਿੰਦੇ ਨਹੀਂ ਜੀ, ਉਹ ਤੇ ਪਾਸੇ ਹੋ ਗਏ, ਪੈਸੇ ਪੂਸੇ ਲੈ ਕੇ, ਤੇ ਅਗਲਾ ਬੰਦਾ ਬੈਠਾ ਹੋਇਆ ਹੈ। ਜਿਸ ਤਰ੍ਹਾਂ 3 ਇਅਰਸ ਇਜ਼ ਅ ਲੌਂਗ ਟਾਈਮ ਟੂ ਵੇਟ ਫੋਰ ਕਿ ਵੀ ਐਪਲੀਕੇਸ਼ਨ ਜੈਨੂਇਨ ਹੁੰਦੇ ਹੋਏ ਵੀ ਉਹ ਗਲਤੀ ਕਰਕੇ ਉਹ ਐਪਲੀਕੇਸ਼ਨ ਰਿਫਿਊਜ਼ ਹੋ ਗਈ। ਬਿਲਕੁਲ ਸਰ, ਅਪਰੋਕਸੀਮੇਟਲੀ 5 years ਹੋ ਗਏ ਸਰ, 5 ਸਾਲ ਹੋ ਗਏ। 5 ਸਾਲ ਚ ਬੰਦਾ ਜਿਹੜਾ ਇੱਕ ਫੈਮਿਲੀ ਦੇ ਨਾਲ, ਜਿਹੜਾ ਤੁਸੀਂ ਰੀਯੂਨਾਈਟ ਹੋ ਕੇ ਉੱਥੇ ਕੰਮ ਕਰਦੇ ਆ, ਆਪਣੀ ਫੈਮਿਲੀ ਚ ਰਹਿੰਦੇ ਆ, ਤੁਸੀਂ ਬਹੁਤ ਜ਼ਿਆਦਾ ਤਰੱਕੀ ਉਸ ਹਿਸਾਬ ਨਾਲ ਕਰਦੇ ਹੋ। ਹੁਣ ਤੁਹਾਡਾ ਸਰ ਮਾਇੰਡ ਜਿਹੜਾ ਡਾਇਵਰਟ ਰਹਿੰਦਾ ਆ ਕਿ ਤੁਸੀਂ ਹੁੰਦੇ ਇੰਡੀਆ ਚ, ਫੈਮਿਲੀ ਤੁਹਾਡੀ ਉੱਧਰ ਆ, ਨਾ ਤੁਸੀਂ ਇੱਧਰ ਜੋਗੇ ਆ ਨਾ ਉੱਧਰ ਜੋਗੇ ਆ, ਤੇ ਉਹੀ ਸਰ ਬੰਦਾ ਮਤਲਬ ਉਹਦਾ ਮਨ ਭਟਕਦਾ ਰਹਿੰਦਾ, ਫੈਮਿਲੀ ਵੱਲ ਰਹਿੰਦਾ ਹੈ ਉਹਦਾ ਧਿਆਨ ਸਾਰਾ। ਤੇ ਸਰ 5 ਸਾਲ ਮਤਲਬ 5 ਸਾਲ ਗਏ ਸਰ, ਉਹ ਤਾਂ ਉਹ ਕਿਸੇ ਨੇ ਨਹੀਂ ਪੁੱਛਣਾ ਕਿ ਉਹ ਤਾਂ ਸਰ ਖਰਾਬ ਹੈ ਇੱਕ ਹਿਸਾਬ ਦਾ ਜੀ, ਦੈਟਸ ਓਕੇ। ਪਰ ਜੀ। ਤੁਸੀਂ ਯਾਦ ਕਰੋ, ਤੁਹਾਨੂੰ ਮੇਰੇ ਖਿਆਲ ਪ੍ਰੀ ਅਰਾਈਵਲ ਈਮੇਲ ਵੀ ਆਈ ਸੀ ਪਿਛਲੇ ਮਹੀਨੇ ਸ਼ਾਇਦ, ਯਾਦ ਹੈ ਨਾ? ਇੱਕ ਮਹੀਨੇ ਸਰ ਪਹਿਲਾਂ, ਹਾਂਜੀ, 2 ਮਹੀਨੇ ਪਹਿਲਾਂ। ਉਹ ਸਰ ਅੱਜ ਤੋਂ 22 ਤਰੀਕ ਨੂੰ ਆਈ ਸੀ ਸਰ, ਨਹੀਂ ਸੋਰੀ 22 ਨਹੀਂ, 26 ਨੂੰ ਆਈ ਸੀ ਸਰ, 26 ਅਪ੍ਰੈਲ ਨੂੰ ਆਈ ਸੀ ਹਾਂ, ਤੁਸੀਂ ਕਹਿ ਰਹੇ ਸੀ ਜੀ। ਕਿ ਇਹ ਈਮੇਲ ਕਦੋਂ ਆ ਗਈ। ਮੈਂ ਕਿਹਾ ਵੀ ਤੁਹਾਡਾ ਕੇਸ ਥਰੂ ਹੋ ਗਿਆ ਤਾਂ ਕਰਕੇ ਈਮੇਲ ਆ ਗਈ। ਹਾਂਜੀ ਸਰ, ਕਿਉਂਕਿ ਲਾਸਟ ਟਾਈਮ ਸਰ ਇਹ ਆਈ ਨਹੀਂ ਸੀ ਇਦਾਂ ਦੀ ਕੋਈ, ਤੇ ਇਸ ਵਾਰ ਜਿਹੜੀ ਹੈ ਪ੍ਰੀ ਅਰਾਈਵਲ ਲੈਟਰ ਆਇਆ ਪਹਿਲੇ ਮੈਨੂੰ, ਤੇ ਉਸ ਤੋਂ ਬਾਅਦ ਸਰ ਪ੍ਰੀ ਅਰਾਈਵਲ 26 ਅੱਜ ਸਰ ਹੋ ਗਈ ਹੈ, 13 ਹੋ ਗਈ ਹੈ। ਜੀ ਉਹ ਕੋਈ ਮਤਲਬ ਉਹਨਾਂ ਨੇ 20 ਦਿਨ ਦੇ ਆਸ ਪਾਸ ਉਸ ਤੋਂ ਬਾਅਦ ਜਿਹੜੀ ਹੈ PPR ਦਿੱਤੀ ਹੈ ਸਾਨੂੰ। ਜੀ ਬਸ ਮੈਂ ਸਰ ਪੜ੍ਹ ਰਿਹਾ ਸੀ ਇਸ ਬਾਰੇ ਵੀ ਕਿ ਕੁਛ ਲੋਕਾਂ ਨੂੰ ਇੱਦਾਂ ਹੁੰਦਾ ਹੈ ਕਿ ਉਹਨਾਂ ਨੂੰ PPR ਬਾਇਓਮੈਟ੍ਰਿਕ ਤੇ ਮੈਡੀਕਲ ਦੇ ਨਾਲ ਹੀ ਆ ਜਾਂਦੀ ਹੈ, ਪਰ ਕੁਛ ਲੋਕਾਂ ਨੂੰ ਕਹਿੰਦੇ ਕਿ ਜਦੋਂ ਉਹਨਾਂ ਦੀ ਅਪਰੂਵ ਕੇਸ ਮਤਲਬ ਅਪਰੂਵ ਹੁੰਦਾ ਉਸ ਤੋਂ ਥੋੜੇ ਦਿਨ ਪਹਿਲਾਂ ਹੁੰਦੀ ਹੈ, ਇੱਦਾਂ ਵੀ ਹੁੰਦਾ ਸਰ। ਜੀ 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 ਕੁਛ ਕੁਛ ਕਹਿ ਨਹੀਂ ਸਕਦੇ ਕਿਸ ਤਰ੍ਹਾਂ ਉਹਨਾਂ ਦੇ ਪ੍ਰੋਸੀਜਰ ਘੁਮਾ ਦੇਣਾ, ਡਿਪੈਂਡਿੰਗ ਔਨ ਦ ਕੇਸ, ਡਿਪੈਂਡਿੰਗ ਔਨ ਕੀ ਹੋ ਜਾਂਦਾ। ਸੋ ਜੀ ਸਰ, ਚਲੋ, ਦੈਟਸ ਓਕੇ, ਵੀ ਹੈਵ ਟੂ ਫੋਲੋ ਦ ਪ੍ਰੋਸੀਜਰ ਜੋ ਵੀ ਜਿਸ ਤਰ੍ਹਾਂ ਐਂਡ ਜੀ ਸਰ,
that's what it is. So family sponsorship ਸਾਡੀ ਮੁਕੰਮਲ ਕੰਪਲੀਟ ਹੋ ਗਈ ਹੈ ਤੇ ਹੁਣ ਬਸ ਵਿਦਿਨ ਯੂ ਵਿਲ ਬੀ ਹੋਪਫੁਲੀ ਅੱਜ ਪਾਸਪੋਰਟ ਜਮਾ ਹੋ ਗਿਆ ਅੱਜ ਹੋ ਗਿਆ ਸਰ ਅੱਜ ਤਾਂ ਮੈਂ ਅਪਾਇੰਟਮੈਂਟ ਜਿੱਦਾਂ ਲਈ ਆ, ਹੁਣ ਪਰਸੋਂ ਚੌਥ ਤੱਕ ਦੇਖਦਾ ਆ, ਹੁਣ ਮਤਲਬ ਅਪਾਇੰਟਮੈਂਟ ਮਿਲ ਗਈ ਆ, ਫਿਰ ਉੱਥੇ ਪਾਸਪੋਰਟ ਸਬਮਿਟ ਹੋਊਗਾ, ਤੇ ਉਸ ਤੋਂ ਬਾਅਦ 15-20 ਦਿਨ ਬਾਅਦ ਸਰ ਜੀ ਬਸ ਟਾਈਮ ਹੁੰਦਾ ਹੈ, ਉਹ ਸਟੰਪ ਲੱਗ ਕੇ ਆਉਂਦੀ ਹੈ। ਯਾ ਮੋਰ ਔਰ ਲੈਸ ਜੇ ਤੁਸੀਂ ਅਗਰ 4 ਹਫ਼ਤੇ ਵੀ ਮੰਨ ਲਓ ਯੂ ਯੂ ਆਰ ਰੈਡੀ ਟੂ ਰੋਲ ਅਰਾਊਂਡ ਮਿਡਲ ਆਫ ਜੂਨ ਮਿਡਲ ਆਫ ਜੂਨ ਸਰ, ਜੂਨ ਜਾਂ ਲਾਸਟ ਵਿੱਚ ਜੂਨ ਦੇ ਬਸ ਸਰ। ਦੇਖ ਲਓ 1 ਜੁਲਾਈ ਨੂੰ ਇੱਥੇ ਸਾਡਾ ਹੁੰਦਾ ਹੈ ਸੁਤੰਤਰਤਾ ਦਿਵਸ ਇੰਡੀਪੈਂਡੈਂਸ ਡੇ ਕੈਨੇਡਾ ਡੇ ਹੁੰਦਾ ਹੈ ਇੱਥੇ ਜੀ ਸੋ ਸਰ, ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਇੱਥੇ ਕੈਨੇਡਾ ਹੋ ਗਏ ਆਪਣੇ ਬੱਚੇ ਨਾਲ ਆਪਣੀ ਵਾਈਫ ਨਾਲ ਜੀ ਸਰ, ਜੀ ਬਿਲਕੁਲ ਸਰ। ਤੇ ਅਮਨਦੀਪ ਮੇਰੇ ਵੈਸੇ ਸਰ, ਹਾਂ ਜੀ, ਹੋ ਸਕਦਾ ਤੁਸੀਂ ਕਰਦੇ ਕੀ ਆਕੂਪੇਸ਼ਨ ਕੀ ਆਪਣੀ ਤੁਸੀਂ ਕੰਪਿਊਟਰ ਪ੍ਰੋਫੈਸ਼ਨਲ ਹੋ ਨਾ ਸ਼ਾਇਦ ਇੰਜੀਨੀਅਰ ਜੀ ਸਰ, ਮੈਂ ਨਾ ECE ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ ਚ ਬੀਟੈਕ ਕੀਤੀ ਹੈ, ਅੱਛਾ ਤੇ ਸਰ ਮੈਂ ਜਿਹੜਾ ਟੈਲੀਕਾਮ ਚ ਕੰਮ ਕਰਦਾ ਰਿਹਾ, ਏਅਰਟੈਲ ਕੰਪਨੀ ਚ ਅੱਛਾ ਅੱਛਾ ਜੀ ਸਰ। ਮਤਲਬ ਮੇਰੀ ਅੱਗੇ ਵੈਂਡਰ ਕੰਪਨੀ ਸੀ, ਏਅਰਟੈਲ ਦੇ ਅੰਡਰ ਕੰਮ ਕਰਦਾ ਸੀ ਵੈਂਡਰ ਕੰਪਨੀ ਦੇ ਥਰੂ, ਤੇ ਉਹਦੇ ਵਿੱਚ ਵੀ ਸਰ ਹੁਣ ਕੰਮ ਕਰ ਰਿਹਾ ਸੀ। ਮੈਂ ਰਿਜ਼ਾਈਨ ਪਾ ਦਿੱਤਾ ਸੀ ਜਦੋਂ ਮੈਨੂੰ ਲੱਗਾ ਕਿ ਮਤਲਬ ਹੁਣ ਇਸ ਕੇਸ 'ਚ ਹੋ ਸਕਦਾ ਹੈ, ਤੇ ਕਿਉਂਕਿ ਉਹਨਾਂ ਨੂੰ ਵੀ ਸਰ 1 ਮਹੀਨਾ ਪਹਿਲਾਂ ਦੱਸਣਾ ਪੈਂਦਾ ਹੈ ਸਾਨੂੰ ਕਿ ਅਸੀਂ ਅੱਛਾ ਕੰਪਨੀ ਛੱਡ ਰਹੇ ਹਾਂ ਜੀ ਜੀ ਸਰ। ਤੁਹਾਡੇ ਮਤਲਬ ਦੀ ਜੌਬ ਤੇ ਮੇਰੇ ਖਿਆਲ ਤੁਸੀਂ ਸੈਸਕਚੁਆਨ ਜਾ ਰਹੇ ਹੋ ਨਾ ਤੁਸੀਂ ਤੁਹਾਡੀ ਫੈਮਿਲੀ ਸੈਸਕਚੁਆਨ ਹੈ ਰਿਜਾਈਨਾ ਹੈ ਕਿਧਰ ਹੈ ਸੈਸਕਟੂਨ ਹਾਂ ਜੀ ਸਰ, ਰਜ਼ਾਈਨਾ ਵੱਲ ਹੈ ਸਰ, ਸਸਕੈਚਵਨ। ਤੁਹਾਡੇ ਮਤਲਬ ਦੀ ਜਿਹੜੀ ਜੌਬ ਆ ਤੁਹਾਨੂੰ ਉਧਰ ਮਿਲਣੀ ਹੈ ਵੈਨਕੂਵਰ ਸਾਈਡ ਜਾਂ ਟੋਰਾਂਟੋ ਸਾਈਡ ਜਿਹੜੀ ਅਗਰ ਤੁਸੀਂ ਇਸੇ ਲੈਵਲ ਲਾਈਨ ਦੇ ਵਿੱਚ ਪ੍ਰੋਫੈਸ਼ਨ ਕੰਟੀਨਿਊ ਕਰਨਾ ਤੋ ਜੀ ਸਰ, ਟੈਲੀਕਾਮ ਦੀ ਕੈਲਗਰੀ ਸਰ, ਕੈਲਗਰੀ ਹੋ ਸਕਦਾ ਹੈ, ਜਾਂ ਫਿਰ ਵੱਡੀਆਂ ਜਿੰਨੀਆਂ ਵੀ ਵੱਡੀਆਂ ਸਿਟੀਜ਼ ਹੈਗੀਆਂ ਉੱਥੇ ਹੋ ਸਕਦੀ ਹੈ ਜੀ ਚਲੋ ਚਲੋ ਜੀ ਸਰ। ਆਈ ਵਿਸ਼ ਯੂ ਗੁੱਡ ਲੱਕ ਫॉर योर ਫਿਊਚਰ ਐਂਡ ਸਟੇ ਇਨ ਟੱਚ ਐਂਡ ਜਦੋਂ ਆਓਗੇ ਕੈਨੇਡਾ ਆਓਗੇ ਐਂਡ ਯੂ ਨੋ ਜੇਕਰ ਟਾਈਮ ਮਿਲੇ ਤੇ ਜਸਟ ਗਿਵ ਮੀ ਅ ਕਾਲ ਔਰ ਕਮ ਐਂਡ ਸੀ ਮੀ ਇਨ ਐਡਮਿਟ ਜੀ ਸਰ, ਮੈਂ ਤੁਹਾਨੂੰ ਕੰਟੈਕਟ ਕਰੂੰਗਾ, ਤੇ ਫਿਰ ਆਪਾਂ ਰਵਾਂਗੇ ਸਰ, ਕੋਈ ਨਾ, ਫਿਰ ਇੱਕ ਅੱਧੀ ਵੀਡੀਓ ਕਰਾਂਗੇ ਅਪਲੋਡ, ਨੀਰਜਾ ਨੀਰਜਾ ਜੀ ਦੇ ਨਾਲ ਹੀ ਕਰਾਂਗੇ ਜੀ ਕੋਈ ਚੱਕਰ ਨਹੀਂ ਕੋਈ ਚੱਕਰ ਸਰ। ਜੀ ਸਰ, ਥੈਂਕ ਯੂ ਥੈਂਕ ਯੂ ਓਕੇ ਸਰ, ਓਕੇ ਸਰ, ਥੈਂਕ ਯੂ।